ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਆਉਣ ਤੋਂ ਬਾਅਦ ਪਹਿਲੀ ਵਾਰ ਵੱਡਾ ਭਾਸ਼ਣ ਦਿੱਤਾ ਹੈ। ਉਸ ਲੰਮੇ ਚੌੜੇ ਭਾਸ਼ਣ ਦੇ ਵਿੱਚ ਖਾਸ ਗੱਲਾਂ ਕੀ ਰਹੀਆਂ, ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ। ਅਰਵਿੰਦ ਕੇਜਰੀਵਾਲ ਨੇ ਕਾਫੀ ਵੱਡੇ ਦਾਅਵੇ ਵੀ ਕਰ ਦਿੱਤੇ ਨੇ ਤੇ ਇੰਡੀਆ ਗਠਜੋੜ ਦੇ ਵੱਲੋਂ ਪੀਐਮ ਦਾ ਚਿਹਰਾ ਕੌਣ ਹੋਵੇਗਾ ਇਸ ਦੇ ਉੱਤੇ ਵੀ ਗੱਲ ਕੀਤੀ ਹੈ। ਔਰ ਇਸ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਰੇ ਵੀ ਵੱਡੀਆਂ ਟਿੱਪਣੀਆਂ ਕੀਤੀਆਂ ਨੇ। ਔਰ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਮੁੱਦੇ ਦੇ ਉੱਤੇ ਜੇਲ੍ਹ ਦੇ ਵਿੱਚ ਇੱਕ ਮੰਤਰੀ ਨੂੰ ਭੇਜਿਆ ਗਿਆ, ਇਸ ਗੱਲ ਦੀ ਵੀ ਚਰਚਾ ਕੀਤੀ ਹੈ। ਔਰ ਇੱਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਭੀਖ ਮੰਗਣ ਦੇ ਲਈ ਮਜਬੂਰ ਦਿਖਾਈ ਦਿੱਤੇ। ਇਹ ਭੀਖ ਕਿਸ ਤੋਂ ਮੰਗੀ ਗਈ, ਕਿਉਂ ਮੰਗੀ ਗਈ, ਇਸ ਦੇ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਇੱਕ ਇੱਕ ਕਰਕੇ ਅਰਵਿੰਦ ਕੇਜਰੀਵਾਲ ਦੇ ਭਾਸ਼ਣ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸਭ ਤੋਂ ਪਹਿਲਾਂ ਉਹਨਾਂ ਨੇ ਸ਼ੁਰੂਆਤ ਹੀ ਜਨਤਾ ਨੂੰ ਜਿਹੜਾ ਜਨਤਾ ਦਾ ਧੰਨਵਾਦ ਕਰਦਿਆਂ ਕੀਤੀ ਕਿ ਕਿਵੇਂ ਭਾਵੁਕ ਹੋ ਰਹੇ ਨੇ ਸੀ ਲੋਕ ਜਦੋਂ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਝੂਠੇ ਕੇਸ ਦੇ ਅੰਦਰ, ਪਰ ਉਹ 50 ਦਿਨ ਜੇਲ੍ਹ 'ਚ ਲਾਉਣ ਤੋਂ ਬਾਅਦ ਕੀ ਮਹਿਸੂਸ ਕਰਦੇ ਨੇ ਔਰ ਸੋਚਦੇ ਕੀ ਨੇ, ਇਸ ਗੱਲ ਦਾ ਜ਼ਿਕਰ ਕੀਤਾ ਗਿਆ। ਔਰ ਸ਼ੁਰੂਆਤ ਹੋਈ ਕਿ ਪੰਜਾਬ ਦੇ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ, ਇੱਥੋਂ ਤੱਕ ਕਿ ਆਪਣੇ ਇੱਕ ਕੈਬਨਿਟ ਮੰਤਰੀ ਨੂੰ ਜੇਲ੍ਹ ਦੀ ਰੋਟੀ ਖਵਾ ਦਿੱਤੀ, ਜੇਲ੍ਹ ਭੇਜ ਦਿੱਤਾ। ਪਰ ਅਰਵਿੰਦ ਕੇਜਰੀਵਾਲ ਨੇ ਇਹ ਦੱਸਦਿਆਂ ਹੋਇਆਂ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਉਹ ਮੰਤਰੀ ਕੌਣ ਸੀ ਅਤੇ ਕਿਹੜੇ ਕੇਸ ਦੇ ਵਿੱਚ ਜੇਲ੍ਹ ਗਿਆ, ਔਰ ਅਦਾਲਤ ਦੇ ਵਿੱਚ ਉਸ ਦੇ ਸਬੂਤ ਕਿਉਂ ਨਹੀਂ ਪੇਸ਼ ਕੀਤੇ ਗਏ। ਉਹ ਸੀ ਡਾਕਟਰ ਵਿਜੇ ਸਿੰਗਲਾ ਵੱਲ ਇਸ਼ਾਰਾ, ਕਿਉਂਕਿ ਕੈਬਨਿਟ ਮੰਤਰੀ ਸੰਗਰੂਰ ਜ਼ਿਮਨੀ ਚੋਣ ਤੋਂ ਪਹਿਲਾਂ ਉਹਨਾਂ ਨੂੰ ਕੈਬਨਿਟ ਵਿੱਚੋਂ ਬਾਹਰ ਦਾ ਰਸਤਾ ਹੀ ਨਹੀਂ ਦਿਖਾਇਆ ਗਿਆ। ਹਾਲਾਂਕਿ ਮੁੱਖ ਮੰਤਰੀ ਨੇ ਖੁਦ ਵੀਡੀਓ ਜਾਰੀ ਕਰਕੇ ਆਖਿਆ ਸੀ ਕਿ ਮੇਰੇ ਕੋਲ ਆਡੀਓ ਹੈ, ਮੈਂ ਖੁਦ ਸੁਣੀ ਹੈ, ਜਿਸ ਦੇ ਵਿੱਚ ਆਪਣੀ ਹਿੱਸਾ ਪੱਤੀ ਮੰਗੀ ਜਾ ਰਹੀ ਹੈ। ਇਸ ਤਰ੍ਹਾਂ ਦੇ ਦੋਸ਼ ਲਾਉਂਦਿਆਂ ਹੋਇਆਂ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ, ਕੇਸ ਵੀ ਰਜਿਸਟਰਡ ਹੁੰਦਾ। ਪਰ ਜਦੋਂ ਗੱਲ ਆਉਂਦੀ ਹੈ ਅਦਾਲਤ ਦੇ ਵਿੱਚ ਉਹ ਆਡੀਓ ਦੀ, ਤਾਂ ਉਹ ਆਡੀਓ ਲੱਭਦੀ ਨਹੀਂ, ਉਹ ਅੱਜ ਤੱਕ ਆਡੀਓ ਕਿਸੇ ਨੇ ਸੁਣੀ ਨਹੀਂ। ਇਸ ਗੱਲ ਨੂੰ ਲੈ ਕੇ ਵਿਰੋਧੀ ਹਮੇਸ਼ਾ ਸਵਾਲ ਚੁੱਕਦੇ ਰਹਿੰਦੇ ਨੇ, ਪਰ ਅਰਵਿੰਦ ਕੇਜਰੀਵਾਲ ਨੇ ਸਾਹਮਣੇ ਬੈਠੀ ਜਿਹੜੀ ਜਨਤਾ ਸੀ ਦਿੱਲੀ ਦੀ, ਉਹਨਾਂ ਨੂੰ ਇਹ ਗੱਲ ਆਖੀ। ਔਰ ਲਾਈਵ ਪ੍ਰੋਗਰਾਮ ਚੱਲ ਰਿਹਾ ਸੀ, ਸੁਭਾਵਕ ਹੈ ਕਿ ਦੇਸ਼ ਦੇ ਵੱਖ ਵੱਖਰੇ ਕੋਨਿਆਂ ਦੇ ਵਿੱਚ ਵੀ ਸੁਣਿਆ ਗਿਆ ਹੋਵੇਗਾ, ਪਰ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਦੇ ਬਿਲਕੁਲ ਵੀ। ਇਸ ਕਰਕੇ ਭਾਵੇਂ ਸਾਡਾ ਕੋਈ ਮੰਤਰੀ ਹੋਵੇ, ਸੰਤਰੀ ਹੋਵੇ, ਉਹਨੂੰ ਵੀ ਟੰਗ ਦਿੰਦੇ ਹਾਂ, ਇਹ ਗੱਲ ਆਖੀ ਗਈ। ਉਸ ਤੋਂ ਬਾਅਦ ਫਿਰ ਆ ਗਿਆ ਕੰਮ ਵਿਰੋਧੀਆਂ 'ਤੇ ਕਿ ਵਿਰੋਧੀਆਂ ਨੂੰ ਕਿਵੇਂ ਦੇਸ਼ ਦੀ ਕੇਂਦਰ ਸਰਕਾਰ ਬੀਜੇਪੀ ਦੀ ਸੱਤਾ ਧਿਰ ਦਬਾਉਣਾ ਚਾਹੁੰਦੀ ਹੈ। ਈਡੀ, CBI ਅਤੇ ਹੋਰ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਮੇਰੇ ਖਿਲਾਫ਼ ਵੀ ਇਸੇ ਤਰ੍ਹਾਂ ਹੋਇਆ, ਵਿਰੋਧੀਆਂ ਨੂੰ ਅੰਦਰ ਡੱਕਣ ਦੀ ਤਿਆਰੀ ਹੈ। ਔਰ ਜੇਕਰ ਕੱਲ੍ਹ ਨੂੰ ਭਵਿੱਖ ਦੇ ਵਿੱਚ ਸਰਕਾਰ ਆ ਜਾਂਦੀ ਹੈ ਕਿਸੇ ਵੀ ਵਜ੍ਹਾ ਦੇ ਕਰਕੇ BJP ਦੀ ਦੁਬਾਰਾ, ਤਾਂ ਫਿਰ ਵਿਰੋਧੀ ਸਾਰੇ ਅੰਦਰ ਹੋਣਗੇ। ਵਿਰੋਧੀ ਧਿਰ ਨੂੰ ਹੀ ਖਤਮ ਕਰਨਾ ਚਾਹੁੰਦੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ। ਇਹ ਸਾਰੀਆਂ ਗੱਲਾਂ ਅਰਵਿੰਦ ਕੇਜਰੀਵਾਲ ਨੇ ਕਹਿ ਦਿੱਤੀਆਂ। ਔਰ ਜੇਲ੍ਹ ਦੇ ਵਿੱਚ ਸਾਰੇ ਵਿਰੋਧੀ ਹੋਣਗੇ ਜੇਕਰ ਕੱਲ੍ਹ ਨੂੰ ਭੁਲੇਖੇ ਨਾਲ ਵੀ ਇਹਨਾਂ ਦੀ ਸਰਕਾਰ ਆਉਂਦੀ ਹੈ। ਔਰ BJP ਨੇ ਆਪਣੇ CM ਚਿਹਰੇ ਤੱਕ ਖਤਮ ਕਰ ਦਿੱਤੇ ਗਏ ਅਤੇ ਅਗਲੀ ਵਾਰੀ UP ਦੇ ਮੁੱਖ ਮੰਤਰੀ ਆਦਿਤਿਆਨਾਥ ਯੋਗੀ ਦੀ ਹੈ। ਤਾਂ ਇਹ ਗੱਲ ਕਿਉਂ ਆਖੀ ਗਈ ਅਰਵਿੰਦ ਕੇਜਰੀਵਾਲ ਨੂੰ, BJP ਦੇ ਹੀ ਮੁੱਖ ਮੰਤਰੀ ਚਿਹਰਿਆਂ ਦਾ ਫਿਕਰ ਕਿਵੇਂ ਪੈ ਗਿਆ? ਹਾਲਾਂਕਿ ਮਨੋਹਰ ਲਾਲ ਖੱਟਰ ਦੀ ਵੀ, ਸ਼ਿਵਰਾਜ ਚੌਹਾਨ ਦੀ ਵੀ ਉਦਾਹਰਣ ਦਿੱਤੀ ਗਈ, ਇਸੇ ਤਰ੍ਹਾਂ ਹੋਰਨਾਂ ਦੀ ਵਸੁੰਧਰਾ ਰਾਜੇ ਦੀ ਵੀ ਉਦਾਹਰਣ ਦਿੱਤੀ ਗਈ ਕਿ ਕਿਵੇਂ ਆਪਣੇ ਹੀ ਉਹਨਾਂ ਨੇ BJP ਦੇ ਲੀਡਰਾਂ ਨੂੰ ਖਤਮ ਕਰ ਦਿੱਤਾ, ਚਿਹਰੇ ਉਭਰਨ ਨਹੀਂ ਦਿੱਤੇ ਜਾਂਦੇ। ਇਹ ਤਾਨਾਸ਼ਾਹੀ ਹੈ, ਵਨ ਨੇਸ਼ਨ ਵਨ ਲੀਡਰ ਦਾ ਕਨਸੈਪਟ ਚਲਾਉਣਾ ਚਾਹੁੰਦੇ ਨੇ ਮੋਦੀ ਸਾਹਿਬ, ਤਾਂ ਇਹ ਨਹੀਂ ਚੱਲਣ ਦਿੱਤਾ ਜਾਵੇਗਾ। ਤਾਨਾਸ਼ਾਹੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਹਨਾਂ ਗੱਲਾਂ ਦਾ ਜ਼ਿਕਰ ਉਹਨਾਂ ਨੇ ਭਾਸ਼ਣ 'ਚ ਆਖਿਆ ਕਿ ਤਾਨਾਸ਼ਾਹੀ ਹੋ ਚੁੱਕੇ ਨੇ ਦੇਸ਼ ਦੇ ਲੀਡਰ, ਖਾਸ ਕਰਕੇ ਉਹਨਾਂ ਦਾ ਇਸ਼ਾਰਾ ਜਿਹੜਾ ਪ੍ਰਧਾਨ ਮੰਤਰੀ ਵੱਲ ਸੀ। ਔਰ ਮੈਂ ਸੰਘਰਸ਼ ਕਰ ਰਿਹਾ ਅਤੇ ਕਰਦਾ ਰਹਾਂਗਾ, ਮੈਂ ਇਸ ਲੜਾਈ ਦੇ ਵਿਰੁੱਧ ਹਾਂ, ਮੈਂ ਕਿਤੇ ਵੀ ਦੱਬਣ ਵਾਲਾ ਨਹੀਂ। ਔਰ ਮੈਂ
ਆਪਣੇ 140 ਕਰੋੜ ਲੋਕਾਂ ਤੋਂ ਭੀਖ ਮੰਗਦਾ ਕਿ ਤੁਸੀਂ ਮੇਰਾ ਸਾਥ ਦਿਓ ਔਰ 140 ਕਰੋੜ ਲੋਕਾਂ ਦੀਆਂ ਦੁਆਵਾਂ ਜਦੋਂ ਮੇਰੇ ਨਾਲ ਹੋਣਗੀਆਂ ਤਾਂ 140 ਕਰੋੜ ਲੋਕਾਂ ਦੇ ਲਈ ਮੈਂ ਲੜਾਂਗਾ। ਹਾਲਾਂਕਿ 140 ਕਰੋੜ ਲੋਕਾਂ ਦੇ ਲਈ ਲੜਨਾ ਅਤੇ ਭੀਖ ਮੰਗਣੀ ਸਿੱਧਾ ਇਸ਼ਾਰਾ ਤਾਂ ਸਿਆਸੀ ਤੌਰ 'ਤੇ ਹੀ ਹੈ ਕਿ ਕੱਲ੍ਹ ਨੂੰ ਇੰਡੀਆ ਗੱਠਜੋੜ ਸੱਤਾ ਦੇ ਵਿੱਚ ਆਉਂਦੇ ਨੇ, ਮਿਲੀ ਜੁਲੀ ਸਰਕਾਰ ਬਣਦੀ ਹੈ, ਕੀ ਉਸਦਾ ਚਿਹਰਾ ਫਿਰ ਅਰਵਿੰਦ ਕੇਜਰੀਵਾਲ ਖੁਦ ਬਣਨਾ ਚਾਹੁੰਦੇ ਨੇ ਜਾਂ ਕੋਈ ਹੋਰ ਇਸ਼ਾਰਾ ਹੈ? ਪਰ 140 ਕਰੋੜ ਲੋਕਾਂ ਨੂੰ ਜਦੋਂ ਸੰਬੋਧਨ ਕਰਕੇ ਕੋਈ ਗੱਲ ਆਖੀ ਜਾਂਦੀ ਹੈ ਤਾਂ ਅਰਵਿੰਦ ਕੇਜਰੀਵਾਲ ਕਿਤੇ ਵੀ ਆਪਣੇ ਆਪ ਨੂੰ ਛੋਟਾ ਕਰਕੇ ਨਹੀਂ ਦੇਖ ਰਹੇ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਤੋਂ ਪਹਿਲਾਂ ਭਾਸ਼ਣ ਦਿੱਤਾ, ਉਹਨਾਂ ਨੇ ਕਿਹਾ ਕਿ ਅੱਜ ਲਿਖ ਕੇ ਦਿੰਦੇ ਹਾਂ, ਅੱਜ ਸਾਡੀ ਗਰੰਟੀ ਹੈ ਕਿ ਕੱਲ੍ਹ ਨੂੰ ਸਾਡੀ ਹੀ ਸਰਕਾਰ ਜਦੋਂ ਬਣਨੀ ਹੈ ਔਰ ਕੇਂਦਰ ਦੇ ਵਿੱਚ ਸਾਡੇ ਹਿੱਸੇ ਤੋਂ ਬਗੈਰ ਸਰਕਾਰ ਬਣ ਹੀ ਨਹੀਂ ਸਕਦੀ। ਇਹ ਗੱਲ ਦਾ ਦਾਅਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੀਤਾ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕੀਤਾ ਕਿ ਸੈਂਟਰ ਦੇ ਵਿੱਚ ਇੰਡੀਆ ਗੱਠਜੋੜ ਦੀ ਬਣ ਰਹੀ ਸਰਕਾਰ ਦੇ ਵਿੱਚ ਸਾਡਾ ਵੀ ਹਿੱਸਾ ਹੋਵੇਗਾ, ਅਹਿਮ ਯੋਗਦਾਨ ਹੋਵੇਗਾ। ਹਾਲਾਂਕਿ ਉਹਨਾਂ ਨੇ ਕਿਹਾ ਕਿ ਮੈਂ ਤਾਂ ਨਾ PM ਬਣਨ ਆਇਆ ਨਾ ਕੁਝ ਹੋਰ, ਮੈਨੂੰ ਅਹੁਦਿਆਂ ਦੀ ਭੁੱਖ ਨਹੀਂ ਹੈ। CM ਦੀਆਂ 100 ਕੁਰਸੀਆਂ ਮੈਂ ਦੇਸ਼ ਤੋਂ ਕੁਰਬਾਨ ਕਰ ਦਿਆਂਗਾ ਜੇਕਰ ਦੇਸ਼ ਦੀ ਲੜਾਈ ਲੜਨੀ ਪਈ। ਔਰ ਉਹਨਾਂ ਨੇ ਇਹ ਵੀ ਵਜ੍ਹਾ ਦੱਸੀ ਕਿ ਜੇਲ੍ਹ ਵਿੱਚ ਜਾਣ ਤੋਂ ਬਾਅਦ ਵੀ ਮੈਂ ਅਸਤੀਫਾ ਕਿਉਂ ਨਹੀਂ ਦਿੱਤਾ। ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜਿਹੜੇ ਹੋਰ ਇੱਕ ਮੁੱਖ ਮੰਤਰੀ ਨੂੰ ਜੇਲ੍ਹ ਦੇ ਵਿੱਚ ਡੱਕਿਆ ਗਿਆ ਸੀ ਹੇਮੰਤ ਸਾਰੇਨ, ਉਹਨਾਂ ਨੂੰ ਵੀ ਅਸਤੀਫਾ ਨਹੀਂ ਸੀ ਦੇਣਾ ਚਾਹੀਦਾ, ਅੜਨਾ ਚਾਹੀਦਾ ਸੀ, ਲੜਨਾ ਚਾਹੀਦਾ ਸੀ। ਔਰ ਇਹਨਾਂ ਦਾ ਇਹ ਹੈ ਕਿ ਉਹ ਬਹਾਨਾ ਭਾਲਦੇ ਨੇ ਕਿ ਜੇਕਰ ਮੈਂ ਅਸਤੀਫਾ ਦੇ ਦਿਆਂ ਕਿ ਕਿਵੇਂ ਸਰਕਾਰ ਤੋੜ ਦਿੱਤੀ ਜਾਵੇ। ਹਾਲਾਂਕਿ ਦਿੱਲੀ ਸਰਕਾਰ ਦੇ ਕੋਲ ਵੀ ਵੱਡਾ ਬਹੁਮਤ ਹੈ, ਸਰਕਾਰ ਟੁੱਟਣ ਦੇ ਬਹੁਤ ਹੀ ਘੱਟ ਚਾਂਸ ਨੇ। ਪਰ ਫਿਰ ਵੀ ਅਰਵਿੰਦ ਕੇਜਰੀਵਾਲ ਨੇ ਗੱਲਾਂ ਆਖੀਆਂ ਔਰ ਉਹਨਾਂ ਨੇ ਕਿਹਾ ਕਿ ਇੰਡੀਆ ਗੱਠਜੋੜ ਦਾ ਪੁੱਛਿਆ ਜਾ ਰਿਹਾ ਕਿ PM ਦਾ ਚਿਹਰਾ ਕੌਣ ਹੋਵੇਗਾ, ਪਰ ਉਸ ਤੋਂ ਪਹਿਲਾਂ ਮੈਂ ਪੁੱਛਣਾ ਚਾਹੁੰਦਾ ਕਿ BJP ਦੇ ਵੱਲੋਂ NDA ਗੱਠਜੋੜ ਦਾ PM ਦਾ ਚਿਹਰਾ ਕੌਣ ਹੋਵੇਗਾ। ਜਦੋਂ ਇਹ ਸਵਾਲ ਖੜਾ ਕੀਤਾ ਤੇ ਨਾਲ ਹੀ ਉਹਨਾਂ ਨੇ ਹਵਾਲਾ ਦੇ ਦਿੱਤਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤਾਂ ਖੁਦ 17 ਸਤੰਬਰ ਤੱਕ 75 ਸਾਲ ਦੇ ਹੋ ਜਾਣਗੇ ਤੇ ਇਹਨਾਂ ਨੇ ਖੁਦ ਰੂਲ ਆਪਣਾ ਨਿਯਮ ਬਣਾਇਆ ਪਾਰਟੀ ਦਾ, ਜਿਵੇਂ ਕਿ ਲਾਲ ਕ੍ਰਿਸ਼ਨ ਅਡਵਾਨੀ ਨੂੰ ਵੀ ਇਸੇ ਤਰ੍ਹਾਂ ਜਿਹੜਾ ਸੇਵਾ ਮੁਕਤ ਕਰ ਦਿੱਤਾ ਗਿਆ ਸਿਆਸੀ ਅਹੁਦਿਆਂ ਤੋਂ, ਤਾਂ ਫਿਰ ਖੁਦ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਕਤਾਰ ਵਿੱਚ ਖੜ੍ਹੇ ਹੋਣਗੇ ਤਾਂ ਫਿਰ ਦੱਸਣ ਉਹ ਕਿ ਉਹ ਬੈਠ ਜਾਣਗੇ ਤਾਂ ਫਿਰ ਅਗਲਾ ਚਿਹਰਾ ਕੌਣ ਹੋਵੇਗਾ। ਉਹ ਇਹ ਕਹਿ ਰਹੇ ਨੇ ਕਿ ਯੋਗੀ ਆਦਿੱਤਿਆਨਾਥ ਨੇ ਜਿਹੜੇ ਉਹਨਾਂ ਨੂੰ ਵੀ ਖਤਮ ਕਰਨ ਦੀ ਚਾਲ ਚੱਲੇਗੀ BJP। ਹਾਲਾਂਕਿ ਯੋਗੀ ਆਦਿੱਤਿਆਨਾਥ ਨੇ ਖੁਦ ਅੱਜ ਤੱਕ ਕੋਈ ਇਸ ਤਰ੍ਹਾਂ ਦੀ ਚਿੰਤਾ ਜ਼ਾਹਰ ਨਹੀਂ ਕੀਤੀ, ਪਰ ਅਰਵਿੰਦ ਕੇਜਰੀਵਾਲ ਇਸ਼ਾਰਾ ਕਰ ਗਏ। ਇਹ ਸਿਆਸੀ ਬਿਆਨਾਂ ਦੇ ਮਾਇਨੇ ਕੀ ਨੇ? ਇਸ ਦੇ ਵੱਡੇ ਮਾਇਨੇ ਇਸ ਕਰਕੇ ਨੇ ਕਿਉਂਕਿ ਦੇਸ਼ ਭਰ ਦੇ ਵਿੱਚ ਚੋਣ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ 21 ਦਿਨ ਮੇਰੇ ਕੋਲ ਨੇ। ਅਰਵਿੰਦ ਕੇਜਰੀਵਾਲ ਨੇ ਤਾਂ ਇੱਥੋਂ ਤੱਕ ਦਾਅਵਾ ਕਰ ਦਿੱਤਾ ਕਿ ਪਹਿਲਾਂ ਤਾਂ ਇਹ ਦੱਸਣ ਕਿ ਉਹਨਾਂ ਦਾ ਚਿਹਰਾ ਕੌਣ ਹੈ, ਫਿਰ 140 ਕਰੋੜ ਲੋਕਾਂ ਤੋਂ ਭੀਖ ਮੰਗਣਾ ਅਤੇ ਨਾਲ ਇੱਕ ਵੱਡੀ ਗੱਲ ਕਹੀ ਕਿ ਮੇਰੇ ਕੋਲ ਅਦਾਲਤ ਦੇ ਵੱਲੋਂ ਦਿੱਤਾ ਗਿਆ 21 ਦਿਨ ਦਾ ਸਮਾਂ ਔਰ ਦਿਨ ਦੇ ਵਿੱਚ ਸਾਰੇ ਜਾਣਦੇ ਨੇ ਕਿ ਇੱਕ ਦਿਨ ਰਾਤ ਦਾ ਸਰਕਲ ਪੂਰਾ ਹੁੰਦਾ ਹੈ ਅਤੇ ਕਿੰਨਾ ਸਮਾਂ ਹੁੰਦਾ? 24 ਘੰਟੇ। ਅਰਵਿੰਦ ਕੇਜਰੀਵਾਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਹੁੰਦੇ ਬੇਸ਼ੱਕ 24 ਘੰਟੇ ਹੋਣਗੇ ਪਰ ਆਪਾਂ ਕੰਮ ਕਰਾਂਗੇ 36 ਘੰਟੇ। ਇਹ ਅਰਵਿੰਦ ਕੇਜਰੀਵਾਲ ਨੇ ਗੱਲ ਆਪਣੇ ਭਾਸ਼ਣ ਵਿੱਚ ਆਖੀ। ਇਸ ਤੋਂ ਬਾਅਦ ਅਖੀਰ ਦੇ ਵਿੱਚ ਭਾਸ਼ਣ ਖਤਮ ਕਰਦਿਆਂ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਤੁਹਾਨੂੰ ਅੱਜ ਖੁਸ਼ਖਬਰੀ ਸੁਣਾਉਣ ਜਾ ਰਿਹਾ। ਔਰ ਉਹ ਖੁਸ਼ਖਬਰੀ ਕੀ ਸੀ? ਉਹਨਾਂ ਨੇ ਇਹ ਸਸਪੈਂਸ ਕ੍ਰੀਏਟ ਕਰਦਿਆਂ ਖੁਸ਼ਖਬਰੀ ਇਹ ਕਹੀ ਕਿ ਮੈਨੂੰ 20 ਘੰਟੇ ਹੋ ਗਏ ਲਗਭਗ ਜੇਲ੍ਹ ਦੇ ਵਿੱਚੋਂ ਬਾਹਰ ਆਇਆਂ ਨੂੰ, ਅਤੇ ਮੈਂ ਚੋਣ ਵਿਸ਼ਲੇਸ਼ਕਾਂ ਦੇ ਨਾਲ, ਮਾਹਰਾਂ ਦੇ ਨਾਲ, ਸਿਆਸੀ ਪੰਡਤਾਂ ਦੇ ਨਾਲ ਅਤੇ ਜਿਹੜੇ ਪੂਰੀ ਚੋਣ ਪ੍ਰਕਿਰਿਆ ਦੇ ਵਿੱਚ ਸਰਗਰਮੀਆਂ ਦਿਖਾਉਂਦੇ ਨੇ ਉਹਨਾਂ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਹੈ, ਸਿਆਣੇ ਸੂਝਵਾਨ ਲੋਕਾਂ ਦੇ ਨਾਲ, ਤਾਂ ਉਹਨਾਂ ਨੇ ਮੈਨੂੰ ਕਹਿ ਦਿੱਤਾ ਵਿਸ਼ਲੇਸ਼ਣ ਕਰਕੇ ਕਿ ਭਾਜਪਾ ਦੇ ਕੋਲ 200-250 ਸੀਟਾਂ ਤੋਂ ਵੱਧ ਨਹੀਂ ਆਉਣ ਵਾਲੀਆਂ। ਜਿਹੜਾ 400 ਦਾ ਅੰਕੜਾ ਪਾਰ ਦਾ ਨਾਰਾ ਹੈ ਉਸ ਤੋਂ ਬਿਲਕੁਲ ਉਲਟ ਅਰਵਿੰਦ ਕੇਜਰੀਵਾਲ ਨੇ ਇਸ਼ਾਰਾ ਕੀਤਾ ਕਿ ਮੈਂ ਵੀ ਹਿਸਾਬ ਕਿਤਾਬ ਲਾ ਲਿਆ, 200-250 ਤੋਂ ਵੱਧ ਸੀਟਾਂ ਆਉਣੀਆਂ ਹੀ ਨਹੀਂ।
ਤਾਂ ਸਰਕਾਰ ਬਣਨਾ ਤਾਂ ਦੂਰ ਦੀ ਗੱਲ, ਅਰਵਿੰਦ ਕੇਜਰੀਵਾਲ ਨੇ ਇਹ ਆਖ ਦਿੱਤਾ। ਔਰ ਸਰਕਾਰ ਕਿਸ ਦੀ ਬਣੇਗੀ? ਇੰਡੀਆ ਗੱਠਜੋੜ ਦੀ ਸੈਂਟਰ ਦੇ ਵਿੱਚ। ਇਹ ਅਰਵਿੰਦ ਕੇਜਰੀਵਾਲ ਦੇ ਦਾਅਵੇ ਰਹੇ ਇਸ ਭਾਸ਼ਣ ਦੇ ਦੌਰਾਨ। ਇਹਨਾਂ ਕੀਤੇ ਗਏ ਦਾਅਵਿਆਂ ਨੂੰ ਲੈ ਕੇ ਤੁਸੀਂ ਖੁਦ ਕੀ ਸਮਝਦੇ ਹੋ? ਕਿੰਨੀਆਂ ਗੱਲਾਂ ਦੇ ਉੱਤੇ ਤੁਹਾਡੀ ਸਹਿਮਤੀ ਹੈ ਅਤੇ ਕਿਹੜੀ ਗੱਲ ਦੇ ਉੱਤੇ ਨਹੀਂ ਸਹਿਮਤੀ? ਇਸ ਦੇ ਬਾਰੇ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਪਰ ਅਰਵਿੰਦ ਕੇਜਰੀਵਾਲ ਨੇ 20 ਘੰਟਿਆਂ ਬਾਅਦ ਜੇਲ੍ਹ ਤੋਂ ਆਉਣ ਤੋਂ ਬਾਅਦ ਜਿਹੜਾ ਇਹ ਭਾਸ਼ਣ ਦਿੱਤਾ, ਇਸ ਦੇ ਮਾਇਨੇ ਕੀ ਨੇ? ਕਿ ਉਹ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਦਾ ਦਾਅਵਾ ਜਿਵੇਂ ਕਰ ਰਹੇ ਨੇ, ਉਸ ਤੋਂ ਬਾਅਦ ਫਿਰ PM ਦਾ ਚਿਹਰਾ ਵੀ ਆਪਣੇ ਆਪ ਦੇ ਵਿੱਚ ਬਣਿਆ ਦਿਖਾਈ ਦੇ ਰਿਹਾ ਉਹਨਾਂ ਦਾ। ਔਰ ਇੱਥੋਂ ਤੱਕ ਕਿ ਦਿੱਲੀ ਦੇ ਲੋਕਾਂ ਦੇ ਲਈ ਇੱਕ ਹੋਰ ਵਾਅਦਾ ਕਰ ਦਿੱਤਾ ਗਿਆ ਕਿ ਮੇਰਾ ਇਸੇ ਤਰ੍ਹਾਂ ਤੁਸੀਂ ਸਾਥ ਜੇ ਦਿੰਦੇ ਰਹੇ ਤਾਂ ਫਿਰ ਆਪਾਂ ਦਿੱਲੀ ਨੂੰ ਪੂਰਨ ਰਾਜ ਦਾ ਸਟੇਟਸ ਦਵਾਵਾਂਗੇ, ਕਿਉਂਕਿ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। ਫਿਰ LG ਤੁਹਾਡਾ ਆਪਣਾ ਹੋਵੇਗਾ, ਦਿੱਲੀ ਦਾ ਹੋਵੇਗਾ, ਗੁਜਰਾਤ ਦਾ ਨਹੀਂ। ਇਹ ਸਾਰੇ ਦਾਅਵੇ ਕਰ ਦਿੱਤੇ ਗਏ। ਤਾਂ ਹੁਣ ਅਰਵਿੰਦ ਕੇਜਰੀਵਾਲ ਦੇ ਨਾਲ ਕੀਤੇ ਗਏ ਦਾਅਵਿਆਂ ਦੇ ਮਾਇਨੇ ਕੀ ਨੇ, ਪ੍ਰਭਾਵ ਕੀ ਪੈਣਗੇ ਸਿਆਸੀ, ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਫਿਲਹਾਲ ਇਹਨਾਂ ਗੱਲਾਂ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਆਪਣਾ ਭਾਸ਼ਣ ਖਤਮ ਕਰ ਦਿੱਤਾ। ਤੁਸੀਂ ਕੀ ਸਮਝਦੇ ਹੋ? ਆਪਣੇ ਆਪਣੇ ਰਾਏ ਦਾ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਅਤੇ ਬਣੇ ਰਹੋ ABC ਪੰਜਾਬ ਦੇ ਨਾਲ।